राजा बेटा दा माल हज तक क्यों नहीं जे पहुंचया। एक गल याद रखो, जे राजा बेटा दा माल टाइम से ना पहुंचया ते राजा बेटा फिर पुलिस कंप्लेंट कर देगा, उस तो बाद केस हो जाएगा। ते एक गल जरूर तुसा ने याद रखनी है कि अग गोली ते राजा बेटा ना कदी पंगा नहीं जे लेना। हुन रखो फोन। ओ तुसी लोग आ गए हो, दैनिक सवेरा टीवी देख रहे सारे दर्शकों राजा बेटा वालों बहुत बहुत प्यार ते निक्का स्वागत ते सत श्री अकाल। तुसीं भी सोचते होवोगे कि राजा बेटा इत्थे के कर रहा। असां तुहानूं दस दिए कि माता रानी की कृपा दे नाल राजा बेटा का बहुत वड्डा बिजनेस है, पर फिर भी राजा बेटा स्पैशली तुसां लई आया नवे नवे अपडेट लैके। आओ चलिए ते सुनिए नवे अपडेट की ने। राजा बेटा ने एक गल डिसाइड की है कि राजा बेटा भी हुन इलेक्शन लड़ेगा। तुसी भी सोचते होवोगे कि राजा बेटा का माता रानी की कृपा ना इतना वड्डा बिजनेस है, फिर इलेक्शन लड़न की के लोड़ है राजा बेटा नू। ओ इस करके कि राजा बेटा भावे इलेक्शन जीते भावे हारे, असर एक गल कह छोड़नी है कि राजा बेटा ना हुई है ना इंसाफी, राजा बेटा दी वोटा इधर उधर हुई ने। फिर राजा बेटा भी सोशल मीडिया उत्ते जिहड़ा फेमस हो जाएगा, फिर सानू भी धर्मेंद्र का फोन आएगा ते असा ते भी गाने बनणगे। मजाक कर रहे हो? ओए कोई मजाक नहीं है। तुसी नीटू शटर वाले नू देखिया? देखो उसने की किया, पहले इलेक्शन लड़िया फिर पांच वोटा लेतिया, फिर उत्ते भी रौला पा छोड़िया कि हाँ जी असाना ना इंसाफी हुई है। उस तो बाद उसनू धर्मेंद्र का भी फोन आया, मास्टर सलीम भी लेके गया, तो फिर उसके उत्ते हुण गाना भी बन रहा। नहीं विश्वास आता? आ देखो तुसी, असा कोल हैगा जे ओ गाना, असा भी सुनिया हुण तुसी भी सुनो। कल जे उम्मीदां उत्ते पानी फिरिया, एमपी तो वध के है फेम हो गया, टिकटॉक उत्ते लोकां नाल घिरिया, तां वी लोकां गल नाल लाया यार नू, तां वी लोकां गल नाल लाया यार नू, जे वड्डे वड्डे लीडरां तो हार घुमदा, हार के भी जित मेरे हथ लग गई, नीटू हुण बन के स्टार घुमदा, ਭਾਵੇਂ ਨੀਟੂ ਸ਼ਟਰਾਂ ਵਾਲੇ ਵੀਰ ਜੀ ਪੰਜ ਵੋਟਾਂ ਲੈ ਕੇ ਹਾਰ ਗਏ ਨੇ, ਪਰ ਉਹ ਹਾਰ ਗਏ ਵੀ ਜਿੱਤ ਗਏ ਨੇ, ਕਿਉਂਕਿ ਸਮਾਜ ਨੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਐਕਸੈਪਟ ਕੀਤਾ। ਜਿਸ ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਨੂੰ ਸੰਨੀ ਦਿਓਲ ਅਤੇ ਧਰਮਿੰਦਰ ਦਾ ਕਾਲ ਆਇਆ, ਅਤੇ ਜਦ ਸੰਨੀ ਦਿਓਲ ਅਤੇ ਧਰਮਿੰਦਰ ਦਾ ਨੀਟੂ ਸ਼ਟਰਾਂ ਵਾਲੇ ਨੂੰ ਕਾਲ ਆਇਆ, ਅਤੇ ਆਓ ਸੁਣੋ ਨੀਟੂ ਸ਼ਟਰਾਂ ਵਾਲੇ ਨਾਲ ਕੀ ਗੱਲ ਹੋਈ ਧਰਮਿੰਦਰ ਦੀ। ਇੱਕ ਰਿਕਾਰਡਿੰਗ ਸੁਣੀ ਸੀ ਸੰਨੀ ਦਿਓਲ ਅਤੇ ਕਹਿੰਦੇ ਧਰਮਿੰਦਰ ਦੀ ਆਵਾਜ਼ ਆ, ਉਹਦਾ ਕੀ ਸੱਚ ਹੋ ਅਸਲ ਸੀਗਾ? ਸਰ ਉੱਧਰੋਂ ਮੈਂ ਰੋਣ ਡਿਆ ਸੀਗਾ, ਉੱਧਰੋਂ ਸੰਨੀ ਦਿਓਲ ਕਹਿੰਦਾ ਮੈਂ ਸੰਨੀ ਬੋਲਾਂ, ਹਾਂਜੀ ਬੋਲੋ ਬੋਲੋ। ਉਹ ਮੈਂ ਭਰਾਵਾਂ ਆਪਣੀਆਂ ਮੁਸੀਬਤਾਂ 'ਤੇ ਪਿਆ, ਤੂੰ ਮੈਨੂੰ ਸੰਨੀ ਦਿਓਲ ਬਣ ਕੇ ਦਿਖਾਉਣ ਡਿਆ, ਮੈਂ ਕੀ ਕਰਾਂ? ਮੈਂ ਕਿਹਾ ਸੰਨੀ, ਕਹਿੰਦਾ ਮੈਂ ਸੰਨੀ ਬੋਲਦਾ। ਉਹ ਮੈਂ ਕਿਹਾ ਭਰਾਵਾ ਮੈਂ ਆਪਣੀ ਮੁਸੀਬਤ ਮੈਂ ਦੱਸਾਂ ਕਿ ਮੈਂ ਕਿਹਾ ਹਾਂਜੀ ਹਾਂਜੀ, ਮੈਂ ਕਿਹਾ ਜੇ ਨਾ ਗੱਲ ਕੀਤੀ ਉਹਨਾਂ ਤਾਂ ਉਹਨੇ ਕਹਿਣਾ ਮੈਂ ਜੀ ਗੱਲ ਕਰਦਾ ਪਿਆ। ਹੁਣ ਇਹ ਨਹੀਂ ਪਤਾ ਸਰ ਸੰਨੀ ਦਿਓਲ ਸੀ ਕਿ ਕੌਣ ਸੀ। ਧਰਮਿੰਦਰ ਨੇ ਵੀ ਕੀਤੀ ਸੀ? ਧਰਮਿੰਦਰ ਕਹਿੰਦਾ ਹਾਂ ਵੀ ਨੀਟੂ। ਉਹ ਮੈਂ ਕਿਹਾ ਭਰਾਵਾ ਨੀਟੂ ਬੜੀ ਮੁਸ਼ਕਲ 'ਚ ਆ, ਨੀਟੂ ਇਸ ਟਾਈਮ ਨਾ ਨੀਟੂ ਦਾ ਸਾਰਾ ਕੁਛ ਦਾਅ 'ਤੇ ਲੱਗਾ ਪਿਆ ਵਾ, ਤਾਂ ਤੂੰ ਮੇਰੇ ਨਾਲ ਗੱਲ ਕਰ ਰਿਹਾ। ਇੱਕ ਇੱਦਾਂ ਦੇ ਸਿੰਗਰ ਹੈਗੇ ਨੇ ਜਿਹੜੇ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ, ਬਹੁਤ ਹੀ ਕਿਊਟ ਜਿਹਾ ਮੁੰਡਾ, ਉਸਦਾ ਨਾਮ ਹੈ ਗੁਰਨਾਮ ਭੁੱਲਰ। ਗੁਰਨਾਮ ਭੁੱਲਰ ਦੀ ਅੱਜ ਕੱਲ੍ਹ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਹੈ। ਇਹ ਵੀਡੀਓ ਹੈ ਗੁਰਨਾਮ ਭੁੱਲਰ ਦੇ ਹੁਸ਼ਿਆਰਪੁਰ ਦੇ ਸ਼ੋਅ ਦੀ, ਇਹ ਕੋਈ ਗਾਣੇ ਗਾਉਣੇ ਦੀ ਵੀਡੀਓ ਨਹੀਂ ਹੈ, ਇਹ ਵੀਡੀਓ ਹੈ ਉਸ ਸ਼ੋਅ ਦੇ ਦੌਰਾਨ ਹੋਈ ਧੱਕਾ ਮੁੱਕੀ ਦੀ। ਤੁਹਾਨੂੰ ਕੀ ਲੱਗਦਾ ਮੈਂ ਮਜ਼ਾਕ ਕਰਦਾ? ਆਹ ਵੇਖੋ ਵੀਡੀਓ। ਗੁਰਨਾਮ ਭੁੱਲਰ ਵੀਰ ਸੀ ਜਦ ਆਪਣਾ ਸ਼ੋਅ ਖਤਮ ਕਰਕੇ ਸਟੇਜ ਤੋਂ ਥੱਲੇ ਉਤਰ ਰਹੇ ਸਨ, ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੁਰਨਾਮ ਭੁੱਲਰ ਵੀਰ ਜੀ ਨੂੰ ਪਬਲਿਕ ਨੇ ਘੇਰਾ ਪਾ ਲਿਆ, ਅਤੇ ਜਦ ਉਸ ਘੇਰੇ ਦੇ ਵਿੱਚੋਂ ਗੁਰਨਾਮ ਭੁੱਲਰ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੀ ਕੁਝ ਹੋਇਆ ਤੁਸੀਂ ਆਪੇ ਵੇਖੋ ਇਸ ਵੀਡੀਓ ਦੇ ਵਿੱਚ, ਬਾਅਦ ਵਿੱਚ ਮੈਨੂੰ ਨਹੀਂ ਕਹਿਣਾ ਚਾਹੀਦਾ। ਜਦੋਂ ਧੱਕਾ ਮੁੱਕੀ ਹੁੰਦੀ ਹੈ ਨਾ, ਤੇ ਉਸਨੂੰ ਕੰਟਰੋਲ ਕਰੀਦਾ ਹੁੰਦਾ, ਨਾ ਕਿ ਉਹਨੂੰ ਹਵਾ ਦੇਈਦੀ ਹੈ। ਸਮਝਿਆ ਕਰੋ ਇਸ ਗੱਲ ਨੂੰ, ਇੰਨੀ ਅਕਲ ਤਾਂ ਰਾਜਾ ਬੇਟਾ ਨੂੰ ਵੀ ਹੈਗੀ ਹੈ। ਸਿੱਧੂ ਮੂਸੇਵਾਲਾ ਵੀਰ ਜੀ ਇਸ ਵੇਲੇ ਬਿਜੀ ਨੇ ਆਪਣੀ ਨਵੀਂ ਐਲਬਮ ਦੀ ਤਿਆਰੀ ਦੇ ਵਿੱਚ, ਤੇ ਐਤ ਕੇ ਸਿੱਧੂ ਮੂਸੇਵਾਲਾ ਬਿਗ ਬਰਡ ਦਾ ਮਿਊਜ਼ਿਕ ਆਏ ਨਹੀਂ ਜੇ ਕਰਾ ਰਿਹਾ, ਉਹ ਕਰਾ ਰਿਹਾ ਹੈ ਮਿਊਜ਼ਿਕ ਮੋਜੀ ਤੋਂ। ਹੁਣ ਤੁਸੀਂ ਸੋਚੋਗੇ ਮੋਜੀ ਕੌਣ ਹੈ? ਮੋਜੀ ਹੈਗਾ ਜੀ ਇੰਟਰਨੈਸ਼ਨਲ ਮਿਊਜ਼ਿਕ ਡਾਇਰੈਕਟਰ। ਇਸ ਗੱਲ ਦੀ ਇਨਫੋਰਮੇਸ਼ਨ ਸਿੱਧੂ ਮੂਸੇਵਾਲਾ ਨੇ ਸਾਨੂੰ ਦਿੱਤੀ ਹੈ।
ਪਰਸਨਲੀ ਨਹੀਂ ਦਿੱਤੀ, ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ, ਤੁਸੀਂ ਆਪ ਦੇਖੋ। ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਵੀਰ ਜੀ ਨੇ ਦਿਖਾਇਆ ਕਿ ਕਿਸ ਤਰ੍ਹਾਂ ਉਹ ਆਪਣੇ ਗਾਣੇ ਦੀ ਤਿਆਰੀ ਕਰ ਰਹੇ ਨੇ ਤੇ ਮੌਜੀ ਵੀਰ ਜੀ ਉਸ ਗਾਣੇ ਦਾ ਮਿਊਜ਼ਿਕ ਕਰ ਰਹੇ ਨੇ। ਤੇ ਇਸ ਵੀਡੀਓ ਦੇ ਅਖੀਰ ਦੇ ਵਿੱਚ ਮੌਜੀ ਵੀਰ ਜੀ ਨੇ ਇੱਕ ਮੈਸੇਜ ਵੀ ਦਿੱਤਾ, ਜੇ ਉਹ ਮੈਸੇਜ ਤੁਸਾਂ ਨੂੰ ਸਮਝ ਆ ਜਾਵੇ ਤੇ ਕਮੈਂਟ ਬਾਕਸ ਦੇ ਵਿੱਚ ਅਸਾਂ ਨੂੰ ਵੀ ਲਿਖ ਕੇ ਦੱਸ ਦਿਆ ਜੇ। My brother, brother, man, you know we back in the building. The cook-up is severe, slimy. That nigga got me on some crazy shit. Manny, you hear me? Bite down. ਬਸ ਇੱਕ ਵਾਰੀ ਸਿੱਧੂ ਮੂਸੇਵਾਲਾ ਦੇ ਮੋਜੀ ਦਾ ਇਹ ਗਾਣਾ ਰਿਲੀਜ਼ ਹੋ ਜਾਵੇ ਤੇ ਅਸਾਂ ਨੇ ਵੀ ਫਿਰ ਫੰਕੀ ਜੇ ਕੱਪੜੇ ਪਾ ਕੇ ਤੁਸਾਂ ਸਾਹਮਣੇ ਆ ਕੇ ਭੰਗੜਾ ਕਰਨਾ ਹੈਗਾ ਤੇ ਤੁਸਾਂ ਵੀ ਨਾਲ ਕਰਨਾ ਸਿੱਧੂ ਮੂਸੇਵਾਲੇ ਦੇ ਭੰਗੜਾ, ਫਿਰ ਅਸਾਂ ਵੀ ਕਹਿਣਾ ਦਿਲ ਦਾ ਨੀ ਮਾੜਾ ਤੇਰਾ ਰਾਜਾ ਬੇਟਾ ਸਿੱਧੂ ਮੂਸੇਵਾਲਾ। ਰਾਜਾ ਬੇਟਾ ਨੂੰ ਬਹੁਤ ਡਰ ਲੱਗ ਰਿਹਾ ਜੇ, ਰਾਜਾ ਬੇਟਾ ਨੂੰ ਸੱਚੀ ਡਰ ਲੱਗ ਰਿਹਾ ਜੇ। ਇਹ ਰਾਜਾ ਬੇਟਾ ਕਿਸੇ ਭੂਤ ਬਾਤ ਤੋਂ ਨਹੀਂ ਡਰਿਆ, ਨਾ ਕਿਸੇ ਪ੍ਰੇਤ ਤੋਂ ਡਰਿਆ ਜੇ। ਰਾਜਾ ਬੇਟਾ ਡਰ ਚੁੱਕਿਆ ਐਮੀ ਵਿਰਕ ਵੀਰ ਜੀ ਤੋਂ। ਹੁਣ ਤੁਸੀਂ ਵੀ ਸੋਚੋਗੇ ਕਿ ਐਮੀ ਵਿਰਕ ਵੀਰ ਜੀ ਐਡੇ ਸੋਹਣੇ ਸਿੰਗਰ ਨੇ ਤੇ ਐਡੇ ਸੋਹਣੇ ਐਕਟਰ ਨੇ, ਉਹਨਾਂ ਤੋਂ ਡਰਨ ਦੀ ਕੀ ਲੋੜ ਹੈ। ਅਸਲ ਦੇ ਵਿੱਚ ਐਮੀ ਵਿਰਕ ਵੀਰ ਜੀ ਨੂੰ ਗੁੱਸਾ ਆ ਗਿਆ ਤੇ ਉਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਵੀ ਹੋ ਗਈ ਹੈ ਤੇ ਉਸ ਵੀਡੀਓ ਦੇ ਵਿੱਚ ਸਾਨੂੰ ਸੋਨਮ ਬਾਜਵਾ ਦੇਦੀ ਵੀ ਬੈਠੀ ਦਿਖੀ ਹੈ। ਨਹੀਂ ਵਿਸ਼ਵਾਸ ਆਉਂਦਾ, ਆਹ ਵੇਖੋ ਵੀਡੀਓ, ਉਸ ਤੋਂ ਬਾਅਦ ਤੁਸੀਂ ਵੀ ਡਰ ਜਾਣਾ ਜੇ। ਐਮੀ ਵੀਰ ਜੀ ਨੂੰ ਉਸ ਵੇਲੇ ਗੁੱਸਾ ਆ ਗਿਆ ਜਦ ਐਮੀ ਵੀਰ ਜੀ ਤੇ ਸੋਨਮ ਦੀਦੀ ਇਕੱਠੇ ਬੈਠ ਕੇ ਲਾਈਵ ਕਰ ਰਹੇ ਸਨ ਤੇ ਜਦ ਇਹ ਲਾਈਵ ਚੱਲ ਰਿਹਾ ਸੀ ਤੇ ਇੱਕ ਯੂਜ਼ਰ ਨੇ ਨੀਚੇ ਗਲਤ ਕਮੈਂਟ ਕਰ ਦਿੱਤਾ, ਜਿਸ ਤੋਂ ਬਾਅਦ ਐਮੀ ਵੀਰ ਜੀ ਨੂੰ ਚੜਿਆ ਗੁੱਸਾ ਤੇ ਉਹਨਾਂ ਨੇ ਫਿਰ ਕੇਸ ਜਵਾਬ ਦਿੱਤਾ। ਆਏ ਦੇਖੋ ਭਾਜੀ, ਗੁੱਸਾ ਨਾ ਕਰਿਆ ਕਰੋ ਵੀਰ ਜੀ ਪਲੀਜ਼। ਕੱਲ੍ਹ ਨਰਿੰਦਰ ਮੋਦੀ ਜੀ ਨੇ ਚੁੱਕ ਲਈ ਹੈ ਸਹੁੰ, ਕਿਉਂਕਿ ਕੱਲ੍ਹ ਸੀ ਸਹੁੰ ਚੁੱਕ ਸਮਾਰੋਹ ਅਤੇ ਉਸ ਸਮਾਰੋਹ ਦੇ ਵਿੱਚ ਇੱਕ ਬਹੁਤ ਵੱਡੀ ਚੇਂਜ ਹੋ ਗਈ ਤੇ ਉਹ ਚੀਜ਼ ਇਹ ਹੋਈ ਜੇ ਕਿ ਆਸ਼ਾ ਭੋਸਲੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਗਵਾਚ ਗਈ। ਉਹ ਜਦੋਂ ਗਵਾਚੀ ਤਾਂ ਫਿਰ ਕਹਿੰਦੇ ਨੇ ਨਾ ਕਿ ਜਿਹੜੀ ਇੰਡਸਟਰੀ ਦਾ ਬੰਦਾ ਹੁੰਦਾ ਉਸ ਇੰਡਸਟਰੀ ਦਾ ਬੰਦਾ ਉਸ ਦੀ ਮਦਦ ਕਰਦਾ, ਅਤੇ ਆਸ਼ਾ ਭੋਸਲੇ ਦੀ ਮਦਦ ਕਰਨ ਪਹੁੰਚੀ ਜੇ ਸਮ੍ਰਿਤੀ ਇਰਾਨੀ। ਤੁਹਾਨੂੰ ਨਹੀਂ ਵਿਸ਼ਵਾਸ ਆਉਂਦਾ, ਆਹ ਦੇਖੋ ਫਿਰ ਕਿ ਆਸ਼ਾ ਭੋਸਲੇ ਨੇ ਖੁਦ ਥੈਂਕ ਯੂ ਕਿਹਾ ਸਮ੍ਰਿਤੀ ਇਰਾਨੀ ਨੂੰ। ਜਦ ਆਸ਼ਾ ਭੋਸਲੇ ਸਹੁੰ ਚੁੱਕ ਸਮਾਰੋਹ 'ਚ ਗੁੰਮ ਗਏ ਤਾਂ ਸਮ੍ਰਿਤੀ ਇਰਾਨੀ ਨੇ ਉਹਨਾਂ ਦਾ ਹੱਥ ਫੜਿਆ, ਆਪਣੀ ਗੱਡੀ 'ਚ ਉਹਨਾਂ ਨੂੰ ਏਅਰਪੋਰਟ ਤੱਕ ਲਿਫਟ ਦਿੱਤੀ, ਜਿਸ ਤੋਂ ਬਾਅਦ ਆਸ਼ਾ ਭੋਸਲੇ ਨੇ ਉਹਨਾਂ ਨੂੰ ਟਵੀਟ ਕਰਕੇ ਥੈਂਕ ਯੂ ਵੀ ਕੀਤਾ। ਇਸ ਟਵੀਟ ਨੂੰ ਕਰਦਿਆਂ ਆਸ਼ਾ ਭੋਸਲੇ ਲਿਖਦੇ ਨੇ, I was stranded in the crazy rush post PM oath ceremony. No one offered to help me except Smriti Irani, who saw my plight and made sure I reached home safely. She cares and that's why she won. Asha Bhosle safely apne ghar pahunch gaye ne ਤੇ ਹੁਣ ਰਾਜਾ ਬੇਟਾ ਦੇ ਵੀ ਘਰ ਜਾਣ ਦਾ ਟਾਈਮ ਹੋ ਗਿਆ, ਉਸ ਤੋਂ ਪਹਿਲਾਂ ਰਾਜਾ ਬੇਟਾ ਆਪਣਾ ਬਿਜ਼ਨਸ ਵੀ ਦੇਖੇਗਾ। ਪਰ ਤੁਸੀਂ ਇੱਕ ਗੱਲ ਜ਼ਰੂਰ ਯਾਦ ਰੱਖਣੀ ਹੈ, ਹੋਰ ਨਵੇਂ ਵਧੀਆ ਅਤੇ ਲੇਟੈਸਟ ਅਪਡੇਟਾਂ ਦੇ ਲਈ ਨਾ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਦੇ ਨਾਲ। ਤਦ ਤੱਕ ਰਾਜਾ ਬੇਟਾ ਨੂੰ ਦਿਓ ਇਜਾਜ਼ਤ, ਬਾਏ ਬਾਏ, ਸਤਿ ਸ਼੍ਰੀ ਅਕਾਲ।